विद्यार्थियों, पिछले लैक्चर तुसीं पढ़ चुके हो कि बल की हुंदा है ते किस तरह यह लगाया जांदा है, संतुलित बल असंतुलित बल बारे तुसीं पिछले लैक्चर पढ़ चुके हो। अज आपां बल दीआं किस्मां दी गल करांगे। बल दीआं दो किस्मां हुंदीआं, बल दीआं किस्मां पहली संपर्क बल, दूसरी असंपर्क बल। हुण आपां गल करांगे संपर्क बल दी। संपर्क बल दी गल करदे, मान लो मैं कोई चीज चुकनी है, मान लो डस्टर चुकना गा, जां पानी दा गलास चुकना गा, जां पानी दी भरी बाल्टी चुकनी है, उहनूं हत्थां चुकनी पैणी है, कोई किताब चुकनी है, कि किताब अपने आप उठ के आ जाऊगी, कि बाल्टी अपने चक्की जाऊगी, नहीं चक्की जाऊगी, ਤਾਂ ਕੀ ਕਰਨਾ ਪਊਗਾ? ਮੈਨੂੰ ਆਪਦੇ ਪੇਸ਼ੀ ਬਲ ਦੀ ਵਰਤੋਂ ਕਰਨੀ ਪਊਗੀ। ਕਿਹੜੀ ਵਰਤੋਂ ਕਰਨੀ ਪਊ? ਆਪਦੇ ਪੇਸ਼ੀ ਬਲ ਦੀ। ਦੂਸਰੀ ਗੱਲ, ਮੈਨੂੰ ਹੁਣ ਚੱਕਣਾ ਪਊਗਾ। ਚੱਕਣ ਤੋਂ ਭਾਵ ਕੀ ਹੈ? ਮੈਨੂੰ ਉਸਨੂੰ ਹੱਥ ਲਾਉਣਾ ਪਊਗਾ, ਯਾਨੀ ਕਿ ਸੰਪਰਕ ਕਰਨਾ ਪਊਗਾ। ਤੇ ਪੇਸ਼ੀ ਬਲ ਕਿਹੜਾ ਹੋ ਗਿਆ? ਸੰਪਰਕ ਬਲ ਹੋ ਗਿਆ। ਸੰਪਰਕ ਬਲ ਚ ਕੀ ਹੁੰਦਾ ਹੈਗਾ? ਆਪਸ ਵਿੱਚ ਸੰਪਰਕ ਹੁੰਦਾ ਹੈਗਾ। ਪੇਸ਼ੀ ਬਲ ਵੀ ਕੀ ਹੈ? ਇੱਕ ਸੰਪਰਕ ਵਾਲਾ, ਜਿਸ ਵਿੱਚ ਕੀ ਆਪਾਂ ਪੇਸ਼ੀ ਬਲ ਦੀ ਵਰਤੋਂ ਕਰਦੇ। ਜਿਵੇਂ ਕੋਈ ਬੈਲ ਆ, ਉਹ ਕੀ ਕਰ ਰਿਹਾ ਹੈਗਾ? ਬੈਲ ਗੱਡੀ ਨੂੰ ਖਿੱਚ ਰਿਹਾ ਹੈਗਾ, ਤਾਂ ਉਹ ਵੀ ਕੀ ਹੈ? ਪੇਸ਼ੀ ਬਲ ਦੀ ਵਰਤੋਂ ਕਰ ਰਿਹਾ ਹੈਗਾ। ਜੇ ਕੋਈ ਬੱਚਾ ਕਿਤਾਬ ਚੱਕ ਰਿਹਾ, ਬਾਲਟੀ ਚੱਕ ਰਿਹਾ, ਤਾਂ ਉਹ ਵੀ ਕੀ ਹੈ? ਪੇਸ਼ੀ ਬਲ ਦੀ ਵਰਤੋਂ ਕਰ ਰਿਹਾ ਹੈਗਾ। ਦੂਜੀ ਐਗਜ਼ਾਮਪਲ ਹੈ ਦੀ ਰਗੜ ਬਲ। ਸ਼ਾਮ ਵੇਖਿਆ ਹੋਏਗਾ ਬੱਚੇ ਕ੍ਰਿਕਟ ਖੇਡਦੇ ਆ, ਜੇ ਕੋਈ ਪਲੇਅਰ ਸ਼ਾਟ ਲਗਾਉਂਦਾ ਹੈਗਾ, ਬਾਲ ਤੇ ਬੈਟ ਲਾਉਂਦਾ ਹੈਗਾ, ਤਾਂ ਬਾਲ ਕੀ ਹੈ? ਕੁਝ ਸਮੇਂ ਬਾਅਦ ਜਾ ਕੇ ਰੁਕ ਜਾਂਦੀ ਹੈ। ਪੈਡਲ, ਵਿਅਕਤੀ ਕੋਈ ਸਾਈਕਲ ਚਲਾ ਰਿਹਾ, ਉਹ ਪੈਡਲ ਮਾਰ ਰਿਹਾ ਸਾਈਕਲ ਤੇ, ਜਿਸ ਵੇਲੇ ਉਹਨੇ ਪੈਡਲ ਮਾਰਨੇ ਬੰਦ ਕਰ ਦਿੱਤੇ, ਤਾਂ ਕੁਝ ਸਮੇਂ ਬਾਅਦ ਜਾ ਕੇ ਸਾਈਕਲ ਨੇ ਕੀ ਆ? ਰੁਕ ਜਾਣਾ ਹੈਗਾ। ਇਹ ਰੁਕਦਾ ਕਿਉਂ ਆ? ਕਿਉਂਕਿ ਇੱਥੇ ਕੰਮ ਕਰ ਰਿਹਾ ਰਗੜ ਬਲ ਕੰਮ ਕਰ ਰਿਹਾ, ਜਿਹੜਾ ਕਿ ਗਤੀ ਦੇ ਉਲਟ ਦਿਸ਼ਾ ਚ ਲੱਗਦਾ ਹੈ। ਜਦੋਂ ਕੋਈ ਦੋ ਵਸਤੂਆਂ ਸੰਪਰਕ ਚ ਆਉਂਦੀਆਂ, ਇੱਕ ਵਸਤੂ ਦੂਜੇ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਜਿਹੜਾ ਬਲ ਵਿਚਾਰ ਲੱਗਦਾ ਇਹਨਾਂ ਦੇ ਰਗੜ ਬਲ ਲੱਗਦਾ, ਜਿਹੜਾ ਕਿ ਗਤੀ ਦੇ ਹਮੇਸ਼ਾ ਉਲਟ ਦਿਸ਼ਾ ਵਿੱਚ ਲੱਗਦਾ ਹੈਗਾ। ਇਹ ਵੀ ਕਿ ਵਸਤੂਆਂ ਦੇ ਸੰਪਰਕ ਚ ਆਉਂਦੀਆਂ, ਦੋ ਉਦੋਂ ਲੱਗਦਾ, ਇਸ ਲਈ ਇਹ ਵੀ ਕੀ ਆ? ਸੰਪਰਕ ਬਲ ਆ। ਦੂਜੀ ਕਿਸਮ ਕੀ ਆ? ਅਸੰਪਰਕ ਬਲ। ਅਸੰਪਰਕ ਬਲ ਮਤਲਬ ਬਿਨਾਂ ਕਿਸੇ ਆਪਸੀ ਸੰਪਰਕ ਦੇ ਜਿਹੜਾ ਬਲ ਕਾਰਜ ਕਰਦਾ ਹੈਗਾ, ਉਹਨੂੰ ਆਪਾਂ ਕੀ ਕਹਿੰਦੇ ਹਾਂਗੇ? ਅਸੰਪਰਕ ਬਲ ਕਹਿੰਦੇ ਆ। ਇਹਦੀ ਆਪਾਂ ਪਹਿਲੀ ਕਿਰਿਆ ਕਰਦੇ ਆ। ਪਹਿਲੀ ਕਿਰਿਆ ਕੀ ਆ? ਚੁੰਬਕਾਂ ਦੀ ਕਿਰਿਆ। ਪਹਿਲਾਂ ਆਪਾਂ ਉਹ ਕਰਕੇ ਦੇਖਦੇ ਆ ਵੀ ਅਸੰਪਰਕ ਬਲ ਕੀ ਹੁੰਦਾ ਹੈਗਾ, ਤੇ ਇਹਨੂੰ ਕਿਵੇਂ ਆਪਾਂ ਫਿਰ ਵਿਦਿਆਰਥੀਓ ਅਸੰਪਰਕ ਚੁੰਬਕੀ ਬਲ ਨੂੰ ਸਮਝਣ ਲਈ ਆਪਾਂ ਇੱਕ ਛੋਟੀ ਜਿਹੀ ਕਿਰਿਆ ਕਰਦੇ ਆ। ਮੇਰੇ ਕੋਲ ਕੀ ਹੈ? ਦੋ ਚੁੰਬਕ ਆ। ਇਹ ਆਪਾਂ ਨੂੰ ਪਤਾ ਚੁੰਬਕ ਦਾ ਉੱਤਰੀ ਧਰੁਵ ਹੁੰਦਾ, ਇੱਕ ਕੀ ਹੁੰਦਾ? ਦੱਖਣੀ ਧਰੁਵ ਹੁੰਦਾ ਹੈਗਾ। ਚੁੰਬਕ ਦੇ ਅਸਮਾਨ ਧਰੁਵ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਅਸਮਾਨ ਧਰੁਵ ਕੀ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ, ਪਰ ਜਿਹੜੇ ਸਮਾਨ ਧਰੁਵ ਆ, ਇੱਕੋ ਹੀ ਧਰੁਵ ਹੁੰਦੇ ਆ, ਉਹ ਕੀ ਕਰ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਆ। ਦੇਖੋ ਇਹ ਕੋਲੇ ਨਹੀਂ ਜਾ ਰਹੇ। ਦੇਖੋ ਜੇ ਮੈਂ ਕਰਦਾ ਇਸ ਤਰ੍ਹਾਂ, ਇਹ ਕੀ ਇੱਕ ਦੂਜੇ ਨੂੰ ਆਕਰਸ਼ਿਤ ਕਰ ਰਹੇ ਆ। ਹੁਣ ਥੋੜੀ ਮੈਂ ਹੋਰ ਉਦਾਹਰਨ ਲੈ ਕਰਦਾਂਗਾ। ਮੈਂ ਕੀ ਲਿਆ? ਚਾਰ ਚੌਕ ਲੈ ਲਿਆ, ਤਾਂ ਕਿ ਇਹਦੇ ਉੱਤੇ ਕੀ ਇਹ ਆਸਾਨੀ ਨਾਲ ਕੀ ਇਹ ਰੋਲ ਹੋ ਸਕੇ, ਮੂਵ ਹੋ ਸਕੇ। ਮੈਂ ਦੋਨਾਂ ਦਾ ਕੀ ਆ? ਉੱਤਰੀ ਧੁਵ, ਇਹਦਾ ਉੱਤਰੀ ਧੁਵ ਇਹਦੇ ਉੱਤਰੀ ਧੁਵ ਦੇ ਕੋਲ ਲੈ ਕੇ ਜਾ ਰਿਹਾ। ਦੇਖੋ ਕੀ ਹੋ ਰਿਹਾ ਹੈਗਾ, ਮੂਵ ਹੋ ਰਿਹਾ ਹੈਗਾ। ਦੁਬਾਰਾ ਇੱਕ ਵਾਰ ਫਿਰ ਕਰਦੇ ਆ, ਕਿ ਮੈਂ ਚੌਕ ਦੇ ਉੱਤੇ ਚੁੰਬਕ ਰੱਖਿਆ ਤਾਂ ਕਿ ਇਹ ਆਸਾਨੀ ਨਾਲ ਮੂਵ ਹੋ ਸਕੇ। ਹੁਣ ਮੈਂ ਕੀ ਆ? ਉੱਤਰੀ ਧਰੁਵ ਦੇ ਕੋਲੇ ਉੱਤਰੀ ਧਰੁਵ ਲੈ ਕੇ ਜਾ ਰਿਹਾ ਹਾਂ। ਤਾਂ ਦੇਖੋ ਕੀ ਤੁਸੀਂ ਕੀ ਦੇਖ ਰਹੇ ਹੋ? ਇਹ ਕੀ ਆ? ਕੁਛ ਦੂਰੀ ਤੋਂ ਹੀ ਕਿਰਿਆ ਕਰ ਰਿਹਾ ਹੈਗਾ। ਬਲਕਿ ਆ ਕੁਛ ਦੂਰੀ ਤੋਂ ਹੀ ਕਿਰਿਆ ਕਰ ਰਿਹਾ ਹੈ, ਜਾਨੀ ਕਿ ਸੰਪਰਕ ਵਿੱਚ ਆਏ ਤੋਂ ਬਿਨਾਂ ਹੀ ਇਹ ਬਲ ਕਿਰਿਆ ਕਰ ਰਿਹਾ ਹੈ, ਜੋ ਇਹ ਕਿਸਦੀ ਕਿਸਮ ਆ? ਫਿਰ ਇੱਕ ਅਸੰਪਰਕ ਬਲ ਦੀ ਕਿਸਮ ਹੈ। ਇਸ ਨੂੰ ਆਪਾਂ ਇੱਕ ਹੋਰ ਵਿਧੀ ਨਾਲ ਵੀ, ਵਿਦਿਆਰਥੀਓ ਆਪਾਂ ਪਹਿਲੀ ਕਿਰਿਆ ਕੀਤੀ ਸੀ ਵੀ ਚੁੰਬਕ ਨੂੰ ਆਪਾਂ ਉੱਤਰੀ ਧਰੁਵ ਨੂੰ ਉੱਤਰੀ ਧਰੁਵ ਕੋਲ ਲੈ ਕੇ ਜਾਂਦੇ ਹਾਂ, ਤਾਂ ਉਹ ਕੀ ਆ? ਧੱਕਦੇ ਆ, ਮੂਵ ਕਰਦੇ। ਹੁਣ ਆਪਾਂ ਇੱਕ ਹੋਰ ਕਿਰਿਆ ਕਰਦੇ ਆ। ਮੈਂ ਕੀ ਲਿਆ? ਇੱਕ ਲੋਹੇ ਦੀ ਸੂਈ ਲਈ ਆ।
सुई नू मैं एक धागे नाल बन लिया, हुण मैं इहदे कोल एक चुंबक लैके जाना है। ध्यान ना देखो चुंबक की है लोहे नू कुछ दूरी ते ही आकर्षित कर रहा है। आ देखो ध्यान नाल चुंबक ते लोहे दी सुई दे विचकार गैप है, यानी कि संपर्क विच आए तो बिना ही चुंबक की है लोहे दी वस्तु ते बल लगा रहा है। एक ही है एक असंपर्क बल दी एक उदाहरण है। चुंबक की है लोहे दियां वस्तुआं ते भी चुंबकी बल आउंदा है। पहला आपां कीता सीगा भी चुंबक की है चुंबक नूं आकर्षित करदा है दूरी तों, हुण आपां लोहे दा कर लिया। इहदा मतलब की है चुंबकी बल की है एक असंपर्क बल दी उदाहरण है। असंपर्क बल नूं समझ लई एक होर क्रिया करदे हां, जिस विच की है एक स्ट्रॉ नूं मैं धागे नाल बन्न के मेज उत्ते बन्निया होया है। एक स्ट्रॉ होर लै लई है मैं, उस नूं की है मैं रगड़ के कागज नाल की है चार्जित करना। इस नूं चार्जित करन लई सिर्फ इक्को पासे रगड़िया जावे, अगे पिछे नहीं करना, क्योंकि अगे पिछे करन नाल की है इहदा चार्जित खत्म हो जाएगी। इहनूं इक पासे रगड़दे रहो। रगड़न तों बाद इस नूं खड़ी स्ट्रॉ दे कोल लै के जाओ। ध्यान ना देखो एक ही इहनूं आकर्षित कर रही है, इहदे नाल इह की है चिपक रही है। फिर मैं दोबारा कर दांगा। आ देखो नाल इहदे चिपक के नाल ही इहदे आ रही है। आ देखो ध्यान नाल नाल चिपक गई है, तैयारी है। एक ही है स्थिर बिजली है, स्थिर बिजली की एक असंपर्क बल दी की है उदाहरण, इहनूं आकर्षित कर रही है। एक चार्जित की है वस्तु एक अनचार्जित वस्तु नूं जां चार्जित वस्तु नूं आकर्षित करदी है, ते इस नूं स्थिर बिजली चार्ज कहने आ। ते स्थिर बिजली बल वी की है एक असंपर्क बल दी ही एक उदाहरण है। प्यारे विद्यार्थियों पहली क्रिया विच मैं की कीता सी, एक स्ट्रॉ नूं रब कीता सी, दूसरी नूं की है उस तरह लटकन दित्ता गया सी। हुण दूसरी क्रिया विच मैं की कर रहा हां, दोनों स्ट्रॉ लै लिया मैं, दोनों स्ट्रॉ नूं की है मैं रगड़ांगा कागज नाल। रगड़ के की इन्हां नूं मैं चार्जित करांगा। इको कागज नाल रगड़ लियांगा, इहदा मतलब कि दोनों ते इको जिहा ही चार्ज आ जाएगा। जे चार्ज इको जिहा होगा तां उह की करूगा, आओ आपां देखते हां। इको चार्ज होगा तां की करूगा, उह देखो की कर रहा है। ध्यान नाल देखो की है, दूर जा रही है, इधर आ गई ना हुण। देखो हुण दोबारा कोले करन की है, यह दूर जा रही है, टच नहीं कर रही है। इहदा मतलब की है भी स्ट्रॉ नूं इको ही कागज नाल रगड़न ते की सी उहनां ते इको जिहा चार्ज आ गया सी। इको चार्ज की करदे, इक दूजे नूं आकर्षित करदे आ। ध्यान नाल देखो टच ही नहीं हो रहा है उहदी भज्जन दे परां। उह दुबारा फिर करदा उहदे कोले मैं, देखो इको चार्ज इक दूजे नूं आकर्षित करदे आ। इह वी की है इक असंपर्क बल दी ही इक उदाहरण है। ਪਿਆਰੇ ਵਿਦਿਆਰਥੀਓ ਦੋ ਕਿਰਿਆਵਾਂ ਕੀਤੀਆਂ ਸੀ ਆਪਾਂ, ਇੱਕ ਚੁੰਬਕ ਨਾਲ ਕੀਤੀ ਸੀਗੀ ਤੇ ਦੂਸਰੀ ਕੀਤੀ ਸੀ ਸਟਰੋ ਨਾਲ। ਦੋਨੇ ਕਿਰਿਆਵਾਂ ਤੋਂ ਤੁਸੀਂ ਸਮਝ ਗਏ ਹੋਵੋਗੇ ਦੋਨੋਂ ਕੀ ਇਹ ਅਸੰਪਰਕ ਬਲ ਦੀਆਂ ਉਦਾਹਰਣਾਂ ਹਨ। ਹੁਣ ਤੀਜੀ ਕਿਰਿਆ ਹੈ, ਆਪਾਂ ਅਸੀਂ ਆਮ ਦੇਖਦੇ ਹਾਂ ਕੋਈ ਚੀਜ਼ ਆਪਾਂ ਉੱਪਰੋਂ ਸਿੱਟਦੇ ਹਾਂ ਉਹ ਕੀ ਹੈ ਥੱਲੇ ਧਰਤੀ ਵੱਲ ਨੂੰ ਜਾਂਦੀ ਹੈ। ਕੋਈ ਫਰੂਟ ਸੁੱਟਦੇ ਆਪਾਂ ਨੂੰ ਜਾਂ ਕੋਈ ਬਾਲ ਉੱਪਰ ਸਿੱਟਦਾ ਉਹ ਕੀ ਥੱਲੇ ਨੂੰ ਆਉਂਦੀ ਹੈ। ਦਰਖਤ ਡਿੱਗਿਆ ਫਲ ਵੀ ਕੀ ਹੈ ਨੀਚੇ ਨੂੰ ਆਉਂਦਾ ਹੈਗਾ, ਧਰਤੀ ਵੱਲ ਹੀ ਜਾਂਦਾ ਹੈਗਾ। ਇਹਦਾ ਮਤਲਬ ਕੀ ਹੈ ਧਰਤੀ ਵੀ ਕੀ ਹੈ ਇੱਕ ਬਲ ਆ ਰਹੀ ਹੈ ਜਿਹੜਾ ਕਿ ਸੰਪਰਕ ਤੋਂ ਬਿਨਾਂ ਲੱਗੀ ਜਾਂਦਾ ਹੈਗਾ। ਇੱਥੋਂ ਮੈਂ ਸਿੱਟੂਗਾ ਇਹ ਕੀ ਹੈ ਥੱਲੇ ਨੂੰ ਜਾ ਰਿਹਾ ਹੈਗਾ। ਤਾਂ ਗੁਰਤਾ ਆਕਰਸ਼ਣ ਬਲ ਵੀ ਕੀ ਹੈ ਇੱਕ ਅਸੰਪਰਕ ਬਲ ਦੀ ਉਦਾਹਰਣ ਹੈ। ਗੁਰਤਾ ਆਕਰਸ਼ਣ ਬਲ ਵੀ ਕੀ ਹੈ ਇੱਕ ਅਸੰਪਰਕ ਬਲ ਦੀ ਉਦਾਹਰਣ ਹੈ। ਇਹ ਤਿੰਨੋਂ ਬਲ ਕੀ ਹੈ ਬਿਨਾਂ ਕਿਸੇ ਸੰਪਰਕ ਦੇ ਆਏ ਹੀ ਕਿਰਿਆ ਕਰਦੇ ਹਨ। ਇਸ ਲਈ ਤਿੰਨੋਂ ਬਲ ਕੀ ਹਨ ਅਸੰਪਰਕ ਬਲ ਹਨ। ਇਹਦੇ ਚ ਕੀ ਸੀਗਾ ਚੁੰਬਕੀ ਬਲ ਸੀਗਾ, ਇਹ ਚ ਕੀ ਸੀਗਾ ਸਥਿਰ ਬਿਜਲੀ ਬਲ। ਸਥਿਰ ਬਿਜਲੀ ਬਲ ਇਹ ਕੀ ਸੀਗੀਆਂ ਅਸੰਪਰਕ ਬਲ ਦੀਆਂ ਉਦਾਹਰਣਾਂ ਸੀ। ਪਿਆਰੇ ਵਿਦਿਆਰਥੀਓ ਆਪਾਂ ਬਲ ਦੀਆਂ ਕਿਸਮਾਂ ਬਾਰੇ ਪੜ੍ਹ ਲਿਆ, ਹੁਣ ਆਪਾਂ ਨੈਕਸਟ ਟੋਪਿਕ ਵੱਲ ਜਾਂਦੇ ਹਾਂ। ਦਬਾਅ ਜਾਂ ਦਾਬ ਕਹਿੰਦੇ ਆਪਾਂ ਜਾਂ ਪ੍ਰੈਸ਼ਰ ਕਹਿ ਦਿੰਦੇ ਹਾਂ।
दाब, दबाव, प्रेशर, इनू समझने थोड़ी अपना पहला उदाहरण लेने, अपने समान चाहिए एक तो थोड़ा चाहिए गा, एक लकड़ का कोई अपा पीस चाहिए गा, एक अपा कोई मेखा चाहिए लोहे दिया। हम ध्यान ना देखो यदा एक पासा की है मोटा टोपी, एक पासा की यदा तिखा गा। पहला की करना मैं टोपी आला पासा मोटा पासे नूं ते लाउण दी कोशिश कर दांगा। इहदे विच नहीं खुब्या। हुण दूसरी बार की करदा मैं जो तिखे वाला पासा इह वाला पासा च लाउण दी कोशिश करूंगा। मैं इहते मैं की रख लिया, इहते बल आया, एक ही ये आसानी नाल खुब गया। की हो आसानी नाल की है खुब गया है। एक होर उदाहरण आप ले सकते हैं, ये मेरे को एक आलू है, एक की है एक मेरे को चाकू कह लो, कद कह लो, नाइफ कह लो। एदा एक पासा की है तिखा है, दूसरा पासा की है मोटा है, इन ब्लड भी कह दें आप। हम पहला मोटे पासे नाल इनू कट्टन की कोशिश कर दांगा। कोई फर्क पिया इत्थे? इत्थे कोई फर्क नहीं पिया। हुण की है तिखे पासे नाल देखदे आं आपां। तिखे पासे नाल मैं जा रहा, देखो तुहाडे सामने है कि इहदे अंदर चला गया। इहदा मतलब की है? इहदा मतलब की है जे ओह थां जिथे की आपां बल लाउणांगा, ओह जगह जिथे आपां बल ला रहे हां ओह की इक महत्वपूर्ण भूमिका अदा करदी है। वो की है महत्वपूर्ण, वो था मतलब खेत्रफल, एक महत्वपूर्ण भूमिका अदा करती है। फिर दबाव की होया किसी इकाई खेत्रफल ते लगे बल नूं की कहने आपां दाब कह दिंदे। तो इस की है जदों मैं ब्लंडर ना कर रहा सीगा तो मेरा बल की सीगा वध थां ते लग रहा सीगा, जिस करके उहदा प्रभाव नहीं पै रहा सी, प्रेशर उहना नहीं बन रहा सी। जदों मैं तिखे पासे ना कीता बल मैं उन्ने ला रहा गा, पर की इथे जिस खेत्रफल ते बल लग रहा गा ओ खेत्रफल की है घट है, जिस करके की है प्रेशर बढ़ गया ते विच की है चला गया। सेम केस इहदे विच सीगा, इथे मैं आपदा बल ला रहा सी इस इन्ने थां ते, आ खेत्रफल ते बल लग रहा सीगा। दूसरे बार की सी आ तिखा जिन्हों निब कह दें इथे ला रहा गा, इथे की है बल मेरा उन्ना ही लग रहा पर की है खेत्रफल की है घट है, जिससे बल रह गया है, इसलिए दबाव बढ़ गया। तो यह की आसानी ना मेरा कार्य की है पूरा हो गया। तुसी आम देखिया होगा जो सब्जी वाला आंदा जा कोई सिर ते बठल रख के काम करता गा, वह की करते हैं बड़े सारे इनू बना के सिर ते रख लेंगे, इनू बना के सिर ते रख लेंगे। उनका कारण की है, मान लो अपने को बठल है, आप कह सकते आप उन्होंने छाबा कह सकते हैं। एच की है फल पे है, आलू ला लो, फल ला लो, यह पूरा भरया हुआ है। जे वह सिर ते इनू ना रखे जाए, जो चीज गोल बनाई उन्हें ना रखे तो की होगा, जेड़ा आ सारा भार है वह की है बिलकुल आ पॉइंट ते पेगा, क्योंकि थले नू गोल है, इस पॉइंट ते भार पेगा तो सिर ते की इनू वध प्रेशर दाब महसूस होगी। जे वह इनू रख लेंदा गा सारा भार की है लगभग, जो इथे इनू रख लिया है हुण की है भार तो उन्ना ही है, पर कि जिस थां ते भार लग रहा वह खेत्रफल की है वध गया, जिस करके उन्हूं दबाव की है घट महसूस हो रहा है। विद्यार्थी हुण आपां सीख चुके हैं जिहड़ा दबाव गा जां प्रेशर आ एक ही इकाई खेत्रफल ते जिहड़ा बल लगदा उहनूं आपां दबाव कहने, मतलब की बन गया इहदा दबाव की है बल बटा खेत्रफल। खेत्रफल की अपना इहदा अंश कह लो, इहनूं आपां हर कहने जां न्यूमिनेटर डिनोमिनेटर कहने आंगे। इह की है डिनोमिनेटर च आउंदा गा, दबा दे की है इह हुण थोड़ा दिख गए तो दबा दे की है उल्ट अनुपाती है, दबा दे खेत्रफल की है उल्ट अनुपाती है।
ਇਹਦਾ ਮਤਲਬ ਕੀ ਆ ਜਦੋਂ ਖੇਤਰਫਲ ਘੱਟ ਜੂਗਾ ਤਾਂ ਦਬਾਵ ਕੀ ਆ ਵੱਧ ਜਾਣਾਗਾ ਜੇਕਰ ਖੇਤਰਫਲ ਵੱਧ ਗਿਆ ਤਾਂ ਦਬਾਵ ਕੀ ਆ ਘੱਟ ਜੂਗਾ ਸਮਝਾਈ ਨਾ ਕਰਦੀ ਜਦੋਂ ਖੇਤਰਫਲ ਵੱਧ ਗਿਆ ਦਬਾਅ ਕੀ ਘੱਟ ਜਾਂਦਾ ਹੈ ਤਾਹੀ ਤਾਂ ਕੀ ਜਿਹੜੇ ਬੱਚਿਆਂ ਦੇ ਬੈਗ ਹੁੰਦੇ ਆ ਉਹਦੇ ਸਟ੍ਰਿਪਸ ਹੁੰਦੇ ਜਿਹੜੇ ਬੈਗ ਦੇ ਬੱਸ ਦੇ ਸਟ੍ਰਿਪਸ ਹੁੰਦੇ ਉਹ ਚੌੜੇ ਹੁੰਦੇ ਨਾ ਕਿ ਪਤਲੇ ਸਟ੍ਰਿਪ ਚੌੜੇ ਮਤਲਬ ਕੀ ਹੈ ਚੌੜੇ ਇੱਥੇ ਆਉਣਗੇ ਵੱਟੇ ਤਾਂ ਜਿਹੜਾ ਬੈਗ ਦਾ ਭਾਰ ਆ ਉਹਦੇ ਨਾਲ ਦਬਾਅ ਬਣਨਾ ਗਾ ਉਹ ਚੌੜੇ ਪੱਟਿਆਂ ਤੇ ਘੱਟ ਹੋਊਗਾ ਪਤਲੇ ਪੱਟਿਆਂ ਤੇ ਵੱਧ ਲੱਗੂ ਇਸ ਲਈ ਪੱਟੇ ਕੀ ਚੌੜੇ ਕੀਤੇ ਹੁੰਦੇ ਲੋਹੇ ਦੀਆਂ ਮੇਖਾਂ ਅੱਗੋਂ ਤਿੱਖੀਆਂ ਹੁੰਦੀਆਂ ਕਿਉਂਕਿ ਫੋਰਸ ਲਾਉਣੀ ਹੈ ਦਾਬ ਦੇ ਪ੍ਰੈਸ਼ਰ ਇੱਥੇ ਪੈਣਾ ਜਿਸ ਕਰਕੇ ਉਹ ਆਸਾਨੀ ਨਾਲ ਆਪਣਾ ਕੰਮ ਹੋ ਜਾਂਦਾ ਕਰਦ ਵਗੈਰਾ ਤਿੱਖੀਆਂ ਹੁੰਦੀਆਂ ਤਾਂ ਕਿ ਕੀ ਆ ਕੋਈ ਚੀਜ਼ ਆਸਾਨੀ ਨਾਲ ਕੱਟੀ ਜਾ ਸਕੇ ਹੁਣ ਅਗਲਾ ਕੁਸ਼ਚਨ ਇਹ ਪੁੱਛਦਾ ਵੀ ਕੀ ਗੈਸ ਜਾਂ ਦ੍ਰਵ ਗੈਸ ਜਾਂ ਦ੍ਰਵ ਵੀ ਦਬਾਅ ਪਾਉਂਦੇ ਆ ਇਹਦੇ ਲਈ ਆਪਾਂ ਇੱਕ ਕਿਰਿਆ ਕਰਦੇ ਹਾਂ ਕਿਰਿਆ ਲਈ ਆਪਾਂ ਨੂੰ ਕੀ ਲੈਣਾ ਪਊਗਾ ਇਹ ਤਾਂ ਕਨਫਰਮ ਆ ਵੀ ਜਿਹੜੇ ਹੈਗੇ ਆ ਮੈਂ ਤੁਹਾਨੂੰ ਦੱਸ ਹੀ ਦਿੰਦਾ ਵੀ ਇਹ ਦ੍ਰਵ ਆ ਉਹ ਕੀ ਆ ਦਬਾਅ ਪਾਉਂਦੇ ਆ ਹੁਣ ਗੈਸ ਤੇ ਦ੍ਰਵ ਦਬਾਅ ਕਿਵੇਂ ਪਾਉਂਦੇ ਆ ਉਹਦੀ ਪਹਿਲੀ ਕਿਰਿਆ ਆਪਾਂ ਕਰਦੇ ਆ ਪਹਿਲੀ ਕਿਰਿਆ ਕੀ ਆ ਵੀ ਜਿਹੜੇ ਦ੍ਰਵ ਆ ਉਹ ਕੀ ਆ ਬਰਤਨ ਦੀਆਂ ਦੀਵਾਰਾਂ ਤੇ ਕੀ ਆ ਦਬਾਅ ਪਾਉਂਦੇ ਆ ਇਹਦੇ ਲਈ ਇੱਕ ਥੋੜਾ ਜਿਹਾ ਆਪਾਂ ਯੰਤਰ ਤਿਆਰ ਕੀਤਾ ਹੈਗਾ ਕੋਈ ਵੀ ਤੁਸੀਂ ਬੋਟਲ ਲੈ ਸਕਦੇ ਹੋ ਬੋਟਲ ਦੇ ਵਿੱਚ ਕੀ ਆ ਨਿਚਲੇ ਹਿੱਸੇ ਚ ਆਪਾਂ ਇੱਥੇ ਸੁਰਾਖ ਕੀਤਾ ਸੁਰਾਖ ਦੇ ਵਿੱਚ ਕੀ ਆ ਪੈਨ ਦੀ ਮੂਹਰਲਾ ਨਿੱਬ ਪਾ ਕੇ ਉਹਦੇ ਉੱਤੇ ਬੈਲੂਨ ਬੰਨਿਆ ਹੋਇਆ ਹੈਗਾ ਹੁਣ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਕੀ ਇਹ ਬੈਲੂਨ ਕੀ ਆ ਹੌਲੀ ਹੌਲੀ ਇਹਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਜਾਊਗਾ ਜਿਵੇਂ ਜਿਵੇਂ ਪਾਣੀ ਜਾਊਗਾ ਉਵੇਂ ਉਵੇਂ ਕੀ ਆ ਇਹ ਜਿਹੜਾ ਬੈਲੂਨ ਆ ਉਹ ਕੀ ਆ ਥੋੜਾ ਜਿਹਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਏਗਾ ਉਹਦੇ ਕੋਲ ਲੈਵਲ ਬਰਾਬਰ ਆ ਗਿਆ ਅੱਗੂ ਬਾਅਦ ਕੀ ਹੈ ਬੈਲੂਨ ਦੇ ਵਿੱਚ ਕੀ ਆ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਜਿਵੇਂ ਜਿਵੇਂ ਬੈਲੂਨ ਦੇ ਵਿੱਚ ਪਾਣੀ ਜਾਵੇਗਾ ਤਾਂ ਕੀ ਹੋਵੇਗਾ ਬੈਲੂਨ ਕੀ ਆ ਫੁੱਲਣਾ ਸ਼ੁਰੂ ਹੋ ਜਾਏਗਾ ਜਿਵੇਂ ਜਿਵੇਂ ਬੈਲੂਨ 'ਚ ਕੀ ਆ ਪਾਣੀ ਜਾ ਰਿਹਾ ਹੈਗਾ ਬੈਲੂਨ ਦਾ ਸਾਈਜ਼ ਕੀ ਆ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਕੀ ਆ ਵਧੀ ਜਾਂਦਾ ਹੈਗਾ ਬੈਲੂਨ ਦੇ ਵਿੱਚ ਪਹਿਲਾਂ ਬਿਲਕੁਲ ਸੁੰਗੜਿਆ ਬੈਲੂਨ ਸੀਗਾ ਹੁਣ ਦੇਖੋ ਦਾ ਸਾਈਜ਼ ਕੀ ਆ ਹੌਲੀ ਹੌਲੀ ਅੱਗੇ ਨਾਲੋਂ ਕੀ ਆ ਵੱਧ ਚੁੱਕਾ ਇਸ ਕਿਰਿਆ ਤੁਹਾਨੂੰ ਕਲੀਅਰ ਹੋ ਗਿਆ ਹੈਗਾ ਦੇਖੋ ਬੈਲੂਨ ਦਾ ਸਾਈਜ਼ ਕੀ ਅੱਗੇ ਨਾਲੋਂ ਵੱਧ ਚੁੱਕਾ ਹੈ ਇਸ ਕਿਰਿਆ ਨਾਲ ਇਹ ਕਲੀਅਰ ਹੋ ਜਾਂਦਾ ਹੈ ਕਿ ਜੋ ਦ੍ਰਵ ਹੈ ਉਹ ਕੀ ਕਰਦੇ ਆ ਬਰਤਨ ਦੀਆਂ ਦੀਵਾਰਾਂ ਤੇ ਕੀ ਆ ਦਾਬ ਪਾਉਂਦੇ ਆ ਦਬਾਅ ਪਾਉਂਦੇ ਆ ਪ੍ਰੈਸ਼ਰ ਪਾਉਂਦੇ ਆ ਇਸ ਕਿਰਿਆ ਤੁਸੀਂ ਸਾਨੂੰ ਘਰੇ ਵੀ ਕਰਕੇ ਦੇਖ ਸਕਦੇ ਹੋ ਇਹ ਕਿਰਿਆ ਇਹ ਸਿੱਧ ਕਰਨ ਲਈ ਆ ਜੋ ਦ੍ਰਵ ਹੈ ਉਹ ਬਰਤਨ ਦੀਆਂ ਦੀਵਾਰਾਂ ਤੇ ਦਾਬ ਪਾਉਂਦੇ ਆ ਹੁਣ ਆਪਾਂ ਇਹਦੇ ਬਾਅਦ ਇੱਕ ਅਗਲੀ ਕਿਰਿਆ ਵੀ ਕਰਾਂਗੇ ਜਿਸ ਵਿੱਚ ਕੀ ਆ ਇਹ ਦਰਸਾਇਆ ਜਾਂਦਾ ਕਿਹੜੇ ਦ੍ਰਵ ਹੈ ਉਹ ਕੀ ਆ ਬਰਤਨ ਦੇ ਤਲਿਆਂ ਦੇ ਵੀ ਦਬਾਅ ਪਾਉਂਦੇ ਆ ਆਪਾਂ ਉਹ ਵੀ ਕਿਰਿਆ ਕਰਦੇ ਹਾਂ ਹੁਣ ਆਪਾਂ ਦੂਜੀ ਕਿਰਿਆ ਕਰਨ ਜਾ ਰਹੇ ਹਾਂ ਵੀ ਦ੍ਰਵ ਜੋ ਹੈ ਉਹ ਬਰਤਨ ਦੇ ਪਹਿਲੀ ਕਿਰਿਆ ਕੀਤੀ ਹੈ ਵੀ ਦ੍ਰਵ ਕੀ ਹੈ ਬਰਤਨ ਦੇ ਦੀਵਾਰਾਂ ਤੇ ਦਾਬ ਪਾਉਂਦਾ ਹੁਣ ਆਪਾਂ ਦੂਜੀ ਕਿਰਿਆ ਕਰਨ ਜਾ ਰਹੇ ਹਾਂ ਜੋ ਦ੍ਰਵ ਆ ਉਹ ਕੀ ਆ ਬਰਤਨ ਦੇ ਤਲੇ ਤੇ ਦਬਾਅ ਪਾਉਂਦਾ ਹੈ ਪਰ ਇਹ ਦਾਬ ਡਿਪੈਂਡ ਕਰੂ ਵੀ ਆਪਾਂ ਕਿੰਨਾ ਕੁ ਉਸਨੂੰ ਭਰਦੇ ਹਾਂ ਜਿੰਨਾ ਆਪਾਂ ਵੱਧ ਭਰਾਂਗੇ ਪਾਈਪ ਨੂੰ ਉਹਦੇ ਵਿੱਚ ਦਬਾਅ ਉਨਾ ਵੱਧ ਹੋਊਗਾ ਜਿੰਨਾ ਘੱਟ ਭਰਾਂਗੇ ਉਨਾ ਦਾਬ ਕੀ ਆ ਘੱਟ ਆਊਗਾ ਹੁਣ ਮੈਂ ਇੱਕੋ ਜਿਹੇ ਅਰਧ ਵਿਆਸ ਦੀਆਂ ਜਾਂ ਵਿਆਸ ਲੈ ਲਓ ਇੱਕੋ ਜਿਹਾ ਵਿਆਸ ਇਹਨਾਂ ਦਾ ਦੋ ਪਾਈਪਾਂ ਲਈਆਂ ਨੇ ਇੱਕ ਤੁਸੀਂ ਬਰਾਬਰ ਹਾਈਟ ਲੈ ਸਕਦੇ ਹੋ ਕਿਉਂਕਿ ਪਾਰਦਰਸ਼ੀ ਨਹੀਂ ਹੈ ਪਾਰਦਰਸ਼ੀ ਪਾਈਪਾਂ ਲਾਉਂਗੇ ਤਾਂ ਰਿਜ਼ਲਟ ਜ਼ਿਆਦਾ ਵਧੀਆ ਦੂਰੋਂ ਦਿਖ ਜਾਂਦੇ ਆ ਇਸ ਲਈ ਜੇ ਪਾਰਦਰਸ਼ੀ ਨਾ ਹੋਣ ਕਰਕੇ ਕੀ ਹੈ ਮੈਂ ਦੋ ਪਾਈਪਾਂ ਲਈਆਂ ਦੋਨਾਂ ਦੀ ਹਾਈਟ ਅਲੱਗ ਅਲੱਗ ਲੈ ਲਈ ਇਹਨਾਂ ਦੀ ਮੈਂ ਤੇ ਦੋਨਾਂ ਥੱਲੇ ਕੀ ਹੈ ਮੈਂ ਬੈਲੂਨ ਲਾਏ ਆ ਦੋਨਾਂ ਦੀ ਹਾਈਟ ਕੀ ਹੈ ਮੈਂ ਅਲੱਗ ਅਲੱਗ ਲਈ ਇੱਕ ਛੋਟੀ ਹੈ ਤੇ ਇੱਕ ਵੱਡੀ ਆ ਦੋਨਾਂ ਥੱਲੇ ਮੈਂ ਕੀ ਬੈਲੂਨ ਬੰਨ ਲਏ ਆ ਹੁਣ ਮੈਂ ਕੀ ਕਰਾਂਗਾ ਇੱਕ ਇੱਕ ਕਰਕੇ ਦੋਨਾਂ ਨੂੰ ਪੂਰਾ ਪੰਨਾ ਭਰਾਂਗਾ
एक दी हाइट इनी पढ़ना भरनी एक दी इनी पढ़ना भरनी है तो तुसी देखोगे कि अंतर देखोगे की अंतर आता है हुण मैं पहला पहली पाइप नु पढ़ना भर दांगा पहली पाइप नु मैं पानी नाल भर रहा पानी ना पूरी भरन तो अंतर देख रहे हो थले पानी तो डोलन लई थले मैं कंटेनर रखा हुआ ताकि सारा पानी कंटेनर चला जाए एदी हाइट वध है ए भी मैं पूरा उच्ची सिरे तक ही भर लेना मैं हम दोनों पाइपां की बिलकुल पूरी भर गई हम जेडी पाइप वध भरी हुई है ओदा बैलून की है वध फुलिया है जेडी वध भरी हुई वाली वध भरी है एदा बैलून की है वध फुलिया है दूजी घट भरी का बैलून की है घट फुलिया है एदा मतलब की है जेड़ा दबाव है वह की है जिन्ना मैं पानी पाया उसकी ऊंचाई से निर्भर करता है मकदार किन्नी लई हुई है द्रव की है दो चीजा सिद्ध हो गई भी द्रव की है बर्तन के थले तो दाब पाते हैं दूजा कॉलम की ऊंचाई से किन्ना पानी भरिया जा किन्ना आप खलीपट पाया उसे भी यह डिपेंड करता है भी द्रव किन्ना दबाव पाते हैं साथियों पिछलियां दो क्रियावां विच आपां की सीखिया पहला सीखिया है द्रव वो की है बर्तन दियां दीवारां ते दाब पाते हैं दूजा सीखिया द्रव की है द्रव बर्तन दे तलियां ते की है दाब पाते हैं हम तीजी क्रिया आपां करनी है उस की दिखाऊंगा भी जिहड़ा दबाव आ वो की है बराबर ऊंचाई ते की है बराबर होगा ओदे लई की है मैं एक बॉटल लई है बराबर हाइट ते की है मैं सुराख कर लिया एक सुराख इत्थे कीता दूजा इत्थे कीता गा तीजा इहदी हाइट की है बराबर आ जदों आपां क्रिया करांगे आपां क्रिया की देखांगे जो आपां पानी पावांगे तो पानी दी जिहड़ा जदों डिगूगा ओहदा की बराबर थां ते डिगूगा यानी कि बराबर हाइट ते दबाव की है बराबर होगा तो आपां करके देखदे हां आपां उहने करके देखदे हां हुण आपां अगली क्रिया करदे हां जिस विच की आपां इह देखिया सी वी समान डुंघाई ते की द्रव की आ समान दबाव पाउंदे आ तां उहदे लई की आ कंटेनर च की आ मैं पानी दी भरी बॉटल रखी हुई है जदों मैं आपां ढक्कण दा खोलूंगा तां इह की जो पानी चो की आ बाहर आउणा शुरू हो जाएगा ध्यान नाल देखो चार स्प्रे की है बिलकुल बराबर ही जा रही है पानी की धार ध्यान नाल देखो बराबर हाइट ते की है जिहड़ा पानी दा लीकेज हो रही है वह की है बिलकुल बराबर ही जा रही है तो चारे पास देखोगे तो की है वह बराबर ही थां ते डिग रही है इहदा मतलब की है समान डुंघाई ते की है द्रव की है समान ही दबाव पाउंदे हन हुण आपां अगली क्रिया करदे हां जिस विच की है आपां इह देखिया सी वी समान डुंघाई ते की द्रव की है समान दबाव पाउंदे आ तां उहदे लई की है कंटेनर च की है मैं पानी दी भरी बॉटल रखी हुई है जदों मैं आपां ढक्कण दा खोलूंगा तां इह की जो पानी चो की है बाहर आउणा शुरू हो जाएगा ध्यान नाल देखो चार स्प्रे की है बिलकुल बराबर ही जा रही है पानी की धार ध्यान नाल देखो बराबर हाइट ते की है जिहड़ा पानी दा लीकेज हो रही है वह की है बिलकुल बराबर ही जा रही है तो चारे पास देखोगे तो की है वह बराबर ही थां ते डिग रही है इहदा मतलब की है समान डुंघाई ते की है द्रव की है समान ही दबाव पाउंदे हन अलग अलग जगह ते कीतियां होईयां हैगियां जदों मैं इन्हां मोरियां उत्तों आपदा हत्थ हटावांगा तुसीं देख रहे हो जिहड़ी मोरी सब तों नीचे आ उहदा पानी दा प्रैशर की दूर तक जा रहा है जिहड़ी उहदे उपर उहदा की है प्रैशर घट आ जिहड़ी बिलकुल उपर आ उहदा की है उदों नेड़े जा रहा है इत्थों की सिद्ध हुंदा है वी जिहड़ा दबाव आ उह की आ ऊंचाई ते निर्भर करदा है जिन्ना थले है ते दबाव सब तों वध पै रहा तां इह धार की दूर तक जा रही है इत्थे की आ प्रैशर थले नालों की घट आ ते नेड़े जा रही है इत्थे प्रैशर बिलकुल घट आ बहुत कोल नेड़े जा रही हैगी इस तों सिद्ध हुंदा है कि जिहड़ा दबाव आ उह की आ ऊंचाई ते अलग अलग जगह ते कीतियां होईयां हैगियां जदों मैं इन्हां मोरियां उत्तों आपदा हत्थ हटावांगा तुसीं देख रहे हो जिहड़ी मोरी सब तों नीचे आ उहदा पानी दा प्रैशर की दूर तक जा रहा है जिहड़ी उहदे उपर उहदा की है प्रैशर घट आ जिहड़ी बिलकुल उपर आ उहदा की है उदों नेड़े जा रहा है
ਇੱਥੋਂ ਕੀ ਸਿੱਧ ਹੁੰਦਾ ਹੈਗਾ ਵੀ ਜਿਹੜਾ ਦਬਾਓ ਆ ਉਹ ਕੀ ਆ ਉਚਾਈ 'ਤੇ ਨਿਰਭਰ ਕਰਦਾ ਹੈਗਾ ਜਿੰਨਾ ਥੱਲੇ ਹੈ ਅਤੇ ਦਬਾਓ ਸਭ ਤੋਂ ਵੱਧ ਪੈ ਰਿਹਾ ਤਾਂ ਇਹ ਧਾਰ ਕੀ ਦੂਰ ਤੱਕ ਜਾ ਰਹੀ ਆ ਇੱਥੇ ਕੀ ਆ ਪ੍ਰੈਸ਼ਰ ਥੱਲੇ ਨਾਲੋਂ ਕੀ ਘੱਟ ਹੈ ਅਤੇ ਨੇੜੇ ਜਾ ਰਹੀ ਆ ਇੱਥੇ ਪ੍ਰੈਸ਼ਰ ਬਿਲਕੁਲ ਘੱਟ ਹੈ ਬਹੁਤ ਕੋਲ ਨੇੜੇ ਜਾ ਰਹੀ ਹੈਗੀ ਇਸ ਤੋਂ ਸਿੱਧ ਹੁੰਦਾ ਹੈ ਕਿ ਜਿਹੜਾ ਦਬਾਓ ਆ ਉਹ ਕੀ ਆ ਉਚਾਈ 'ਤੇ ਪੜ ਚੁੱਕੇ ਹਾਂ ਕਿ ਜੋ ਦਰਵ ਕੀ ਆ ਉਹ ਬਰਤਨ ਦੇ ਤਲੇ 'ਤੇ ਦੀਵਾਰਾਂ 'ਤੇ ਦਬਾਓ ਪਾਉਂਦੇ ਉਹ ਦਬਾਅ ਨਿਰਭਰ ਕਰਦਾ ਕਿੰਨੀ ਉਚਾਈ ਤੱਕ ਜਾਂਦਾ ਹੈਗਾ ਇਸ ਤੋਂ ਆਪਾਂ ਗੱਲ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਾਯੂ ਮੰਡਲ ਦਬਾਅ ਵਾਯੂ ਮੰਡਲੀ ਦਬਾਅ ਅਸੀਂ ਜਾਣਦੇ ਹਾਂ ਸਾਡੇ ਚਾਰੇ ਛਪੇ ਕੀ ਆ ਹਵਾ ਹਵਾ ਦਾ ਗਲਾਫ ਆ ਜੋ ਕਿ ਆ ਕਈ ਕਿਲੋਮੀਟਰ ਤੈਨ ਤੱਕ ਫੈਲਿਆ ਹੋਇਆ ਇਹ ਜਿੰਨੀ ਹਵਾ ਸਾਡੇ ਤੇ ਦਬਾਅ ਪਾਉਂਦੀ ਹੈ ਉਹਨੂੰ ਅਸੀਂ ਵਾਯੂ ਮੰਡਲ ਦਬਾਅ ਕਹਿੰਦੇ ਹਾਂ ਬਾਕੀ ਦਾਅ ਦੀ ਭਾਸ਼ਾ ਕੀ ਹੈਗਾ ਇਕਾਈ ਖੇਤਰਫਲ ਤੇ ਲੱਗੇ ਬਲ ਨੂੰ ਆਪਾਂ ਦਾਬ ਕਹਿੰਦੇ ਹਾਂ ਜੇ ਆਪਾਂ ਮੰਨ ਲਈਏ ਸਾਡੇ ਸਿਰ ਦੇ ਉੱਪਰ ਇੱਕ ਇਕਾਈ ਦਾ ਆਇਤਨ ਦਾ ਇੱਕ ਬਕਸਾ ਰੱਖ ਦੇ ਜਿਹੜਾ ਉਹ 'ਚ ਹਵਾ ਭਰੀ ਜਾਵੇ ਉਹਦਾ ਦਬਾਅ ਪਾਊਗੀ ਉਹ ਕੀ ਆਪਣੇ ਤੇ ਬਦਮੁੰਡੀ ਦਬਾਅ ਲੱਗ ਰਿਹਾ ਹੈਗਾ ਇਸ ਨੂੰ ਜੇ ਆਪਾਂ ਹੋਰ ਦੇਖਣਾ ਹੋਵੇ ਕਿਰਿਆ ਵੀ ਕਰ ਸਕਦੇ ਹਾਂ ਇਹ ਮੇਰੇ ਕੋਲ ਇੱਕ ਚੂਸਕ ਆ ਇਹਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਜਦੋਂ ਮੈਂ ਇਹਨੂੰ ਇਸ 'ਤੇ ਲਗਾਵਾਂਗਾ ਤਾਂ ਕੀ ਹੋਊਗਾ ਇਹਦੇ ਲਈ ਅੰਦਰਲੀ ਹਵਾ ਕੀ ਆ ਉਹ ਬਾਹਰ ਨਿਕਲ ਜੂਗੀ ਤੇ ਕੀ ਆ ਦਬਾਓ ਨਾਲ ਕੀ ਚੁੱਕ ਜਾਏਗਾ ਹੁਣ ਲਗਾ ਰਿਹਾ ਮੈਂ ਦੇਖੋ ਇਹ ਚਿਪ ਗਿਆ ਮੈਂ ਪੱਟਣ ਦੀ ਕੋਸ਼ਿਸ਼ ਕਰਦਾ ਇਹ ਪੱਟਿਆ ਨਹੀਂ ਜਾ ਰਿਹਾ ਹੈਗਾ ਕਿਉਂਕਿ ਇਹਦੇ ਵਿਚਲੀ ਹਵਾ ਨਿਕਲ ਗਈ ਆ ਮੈਂ ਦਾਅ ਲਾਇਆ ਦਾਬ ਲੱਗਣ ਤੇ ਬਾਅਦ ਕੀ ਆ ਇਹਦੀ ਹਵਾ ਨਿਕਲ ਗਈ ਆ ਤੇ ਇਹ ਚਿਪ ਗਿਆ ਹੈਗਾ ਹੁਣ ਇਹ ਪੱਟਿਆ ਨਹੀਂ ਜਾ ਰਿਹਾ ਹੈਗਾ ਕਿਉਂਕਿ ਮੇਰੇ ਦੁਆਰਾ ਜਿਹੜਾ ਲਗਾਇਆ ਬਾਲ ਆ ਉਹ ਕੀ ਆ ਇਹਦੇ ਦਾਬ ਨੂੰ ਓਵਰਕਮ ਨਹੀਂ ਕਰ ਰਿਹਾ ਜਿੰਨਾ ਚ ਓਵਰਕਮ ਨਹੀਂ ਕਰੇਗਾ ਉਹਨਾਂ ਚਿਰ ਇਹ ਪੱਟਿਆ ਨਹੀਂ ਜਾਏਗਾ ਇਸੇ ਤਰ੍ਹਾਂ ਤੁਹਾਡੀ ਕਿਤਾਬ ਸੈਂਡ ਤੋਂ ਦੇਖਿਆ ਹੋਏਗਾ ਵੀ ਇੱਕ ਯੰਤਰ ਤਿਆਰ ਕੀਤਾ ਗਿਆ ਜਿਸ ਨਾਲ ਕੀ ਆ ਅੰਦਰੋਂ ਹਵਾ ਕੱਢ ਕੇ ਖਲਾਅ ਪੈਦਾ ਹੁੰਦਾ ਗਾ ਇਹਦੇ ਵਿੱਚ ਵੀ ਕੀ ਆ ਅੰਦਰੋਂ ਹਵਾ ਨਿਕਲ ਕੇ ਅੰਦਰ ਖਲਾਅ ਪੈਦਾ ਹੋਇਆ ਹੋਇਆ ਤਾਂ ਦੋ ਬਕਸੇ ਉਹਨਾਂ ਨੇ ਜੋੜੇ ਹੋਏ ਆ ਪਿੱਛੇ ਹਾਥੀਆਂ ਦਿਖਾਇਆ ਗਿਆ ਸੋਰੀ ਘੋੜਿਆਂ ਦਿਖਾਇਆ ਗਿਆ ਦੋ ਕੀ ਆ ਹੈਮੀਸਫੀਅਰ ਨੂੰ ਜੋੜਿਆ ਗਿਆ ਹੈਗਾ ਉਹਦੇ ਵਿੱਚ ਯੰਤਰ ਨਾਲ ਕੀ ਅੰਦਰ ਖਲਾਅ ਪੈਦਾ ਕਰਤਾ ਤਾਂ ਦੋਨੇ ਪਾਸੇ ਘੋੜੇ ਲਾ ਕੇ ਅੰਦਰ ਤੇ ਉਹ ਕੀ ਆ ਤੋੜਿਆ ਨਹੀਂ ਜਾ ਸਕਦਾ ਉਹੀ ਇੱਥੇ ਹੈ ਤਾਂ ਉਮੀਦ ਕਰਦਾ ਤੁਹਾਨੂੰ ਸਾਰਾ ਹੀ ਇਹ ਵਾਯੂ ਮੰਡਲੀ ਦਬਾਅ ਪਾਣੀ ਦਾ ਦਬਾਅ ਤੇ ਸਾਰਾ ਦਬਾਅ ਸਮਝ ਆ ਆਇਆ ਹੋਗਾ ਜਲਦੀ ਨਾਲ।